ਕਿਰਪਾ ਕਰ ਬਾਬਾ ਕੀਰਤਨ ਕਰਵਾਓਗਾ, ਕੀਰਤਨ ਕਰਾਓ ਐਸਾ ਇਤਿਹਾਸ ਬਣਾ ਦੋਗਾ। ਮਾਤਾ ਜੀ ਹਰ ਇਕਾਦਸ਼ੀ ਨੂੰ ਕੀਰਤਨ ਧਿਆਨਾ ਬਾਬਾ ਜੀ ਨੂੰ ਇਸ ਤਰ੍ਹਾਂ ਦਾ ਅੱਜ ਜਿਹੜਾ ਬਹੁਤ ਵਧੀਆ ਬਹੁਤ ਵਧੀਆ ਨਹੀਂ ਹਮੇਸ਼ਾ ਹੀ ਰਸ਼ ਹੁੰਦਾ ਜੀ, ਬਾਬਾ ਜੀ ਦੇ ਭਗਤ ਹਮੇਸ਼ਾ ਹੀ ਆਉਂਦੇ ਨੇ ਜੀ। ਮੈਂ ਤਾਂ ਬਸ ਹਜੇ ਤੱਕ ਦਾ ਹੀ ਗਾਣਾ ਜੀ ਸਾਰਿਆਂ ਨੂੰ ਤਾਰਿਆ ਬਾਬਾ ਸਾਨੂੰ ਵੀ ਤਾਰ, ਇਨਕੀ ਵਾਰੀ ਮੇਰੀ ਹੈ, ਪਿਛਲੇ ਸਾਲ ਕਹਿੰਦੇ ਤਾਰੇ ਸੋਨਾ ਤਾਂ ਸਾਰੇ ਸਾਲ ਹੀ ਹੈ, ਇੱਕ ਦਿਨ ਅਗਰ ਯਹਾਂ ਆ ਕੇ ਦੇਖਤੇ ਤੋ ਉਹਨੇ ਜ਼ਿਆਦਾ ਅੱਛਾ ਲੱਗਤਾ, ਲੇਕਿਨ ਬਾਕੀ ਮੈਂ ਇਸਕੇ ਲਈ ਜ਼ਿਆਦਾ ਕੁਛ ਨਹੀਂ ਕਹਿਣਾ ਚਾਹੂੰਗੀ ਕਿਉਂਕਿ ਮੇਰੇ ਖੁਦ ਕੇ ਹਸਬੈਂਡ ਘਰ ਪੇ ਸੋ ਰਹੇ। ਐਸੇ ਕੀਰਤਨ ਹਰ 15 ਦਿਨ 20 ਦਿਨ ਮੈਂ ਹੋਣੇ ਚਾਹੀਏ ਯਹਾਂ ਪੇ ਜ਼ਰੂਰ। ਸਾਰੇ ਵਿਸ਼ਵ ਮੇ ਸ਼ਾਮ ਬਾਬੇ ਕਾ ਫਾਗੁਨ ਕਾ ਉਤਸਵ ਚੱਲ ਰਿਹਾ ਹੈ, ਆਜ ਯਾਰਸ ਹੈ, ਬਹੁਤ ਖੁਸ਼ੀ, ਅਤਿਅੰਤ ਖੁਸ਼ੀ। ਅਬ ਉਹ ਸੇ ਸਪੈਸ਼ਲ ਆਏ ਹੈ ਸ਼ਾਮ ਬਾਬਾ ਕੇ ਯਹਾਂ ਕੀਰਤਨ ਮੇ ਹਾਜ਼ਰੀ ਲਗਾ ਰਹੇ ਹੈ। ਸ਼ਾਮ ਦਿਨ ਬਹੁਤ ਬੜਾ ਦਿਨ ਦੇ ਸ਼ਹਿਰ ਵਾਸੀਆਂ ਨੂੰ ਅਸੀਂ ਵਧਾਈ ਦਿੰਦੇ ਹਾਂ, ਦੇਸ਼ ਵਾਸੀਆਂ ਨੂੰ, ਸ਼ਹਿਰ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ। ਸਰਦਾਲੂਆਂ ਕਾ ਤਾਂ ਸਦਾ ਹੀ ਫਾਜ਼ਿਲ ਕਾ, ਸਰਦਾਲੂ ਤਾਂ ਸਭ ਸੇ ਆਗੇ ਹੈ ਹਰੇਕ ਕਾਮ ਮੇ, ਚਾਹੇ ਰਾਮ ਜਨਮ ਭੂਮੀ ਹੋ, ਚਾਹੇ ਸ਼ਾਮ ਜਨਮ ਭੂਮੀ ਹੋ, ਚਾਹੇ ਕ੍ਰਿਸ਼ਨ ਜਨਮ ਭੂਮੀ ਹੋਗੀ, ਚਾਹੇ ਫਾਜ਼ਿਲ ਕਾ, ਇਹ ਤਾਂ ਅੰਦੇ ਕਿਰਪਾ ਹੈ ਫਾਜ਼ਿਲ ਕਾ। ਮੇਰਾ ਨਾਂ ਰੁਪੇਸ਼ ਬਾਂਸਲ ਹੈ ਜੀ, ਅਤੇ ਮੈਂ ਇੱਥੇ ਅੱਜ ਖਾਟੂ ਸ਼ਾਹ ਜੀ ਦੇ ਮੰਦਰ ਆਇਆ, ਬਹੁਤ ਵਧੀਆ ਲੱਗਿਆ ਆ ਕੇ। ਹਰ ਇਕਾਦਸ਼ੀ ਵਾਲੇ ਦਿਨ ਮੈਂ ਇੱਥੇ ਆਉਂਦਾ ਕਿਉਂਕਿ ਪਤਾ ਹੈ ਵੀ ਇੱਥੇ ਕੀਰਤਨ ਹੁੰਦਾ, ਅਤੇ ਬਹੁਤ ਵਧੀਆ ਜਿਹੜੇ ਸਿੰਗਰ ਵੀ ਆਉਂਦੇ ਆ, ਵੱਖਰੇ ਵੱਖਰੇ ਸਿੰਗਰ ਇੱਥੇ ਬੁਲਾਏ ਜਾਂਦੇ ਆ, ਤਾਂ ਬਹੁਤ ਅੱਛਾ ਲੱਗਿਆ ਬਾਬਾ ਜੀ ਦੇ ਜਿਹੜੇ ਭਗਤਾਂ ਦੇ ਨਾਲ ਨੱਚ ਕੇ ਝੂਮ ਕੇ ਬੜਾ ਮਜ਼ਾ ਆਇਆ। ਅਤੇ ਅੱਜ ਫੱਗਣ ਮਹੀਨੇ ਦੀ ਜਿਹੜੀ ਹੈ ਇਕਾਦਸ਼ੀ ਹੈ, ਅਤੇ ਇੱਥੇ ਅੱਜ ਮੇਲਾ ਵੀ ਲੱਗਿਆ, ਅਤੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਅਸੀਂ ਖਾਟੂ ਸ਼ਾਮ ਜੀ ਪਹੁੰਚ ਗਏ। ਕੀ ਕਹਿਣਾ ਚਾਹੋਗੇ ਸਾਡੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਨੂੰ ਜਿਹੜੇ ਅੱਜ ਕਰੇ ਆਰਾਮ ਨਾਲ ਸੋ ਰਹੇ ਸੀ ਤੇ ਉਹਨਾਂ ਨੇ ਮਿਸ ਕਰ ਦਿੱਤਾ? ਬਿਲਕੁਲ ਜੀ, ਅੱਜ ਬੜਾ ਵਧੀਆ ਮਾਹੌਲ ਸੀਗਾ ਜਿਹੜਾ ਖਾਟੂ ਸ਼ਾਮ ਜੀ, ਅਸੀਂ ਨਹੀਂ ਜਾ ਪਾਏ ਕਿਉਂਕਿ ਹੁਣੇ ਸਾਲਾਂ ਸਰ ਤੁਸੀਂ ਵਾਪਸ ਆਏ ਆ, ਤਾਂ ਯਾਤਰਾ ਸੀ ਸਾਡੀ, ਕਿਹਾ ਗਿਆ ਕਿ ਇੱਕ ਯਾਤਰਾ ਤੋਂ ਬਾਅਦ ਅੱਗੇ ਕਿਸੇ ਹੋਰ ਤੀਰਥ ਸਥਾਨ 'ਤੇ ਨਹੀਂ ਜਾਈਦਾ, ਤਾਂ ਬਾਬਾ ਜੀ ਵਿਅਕਤੀ ਮਿਸ ਕੀਤਾ, ਤਾਂ ਉਹ ਜਿਹੜੀ ਕਮੀ ਸੀ ਜਿਹੜੀ ਨਹੀਂ ਜਾ ਪਾਏ ਉਹ ਅੱਜ ਇਸ ਮੰਦਰ ਦੇ ਵਿੱਚ ਆ ਕੇ ਪੂਰੀ ਕੀਤੀ ਹੈ। ਤਾਂ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਉਮੇਸ਼ ਕੁਮਾਰ ਜੀ, ਇਹ ਵੀ ਅੱਜ ਇੱਥੇ ਪਹੁੰਚੇ ਹੈ, ਇਹਨਾਂ ਨੂੰ ਬੁਲਾਇਆ ਫੋਨ ਕਰਕੇ ਵੀ ਆਪਾਂ ਉੱਥੇ ਬਹਿ ਕੇ ਵੀ ਨਹੀਂ ਜਾ ਪਾਏ ਤਾਂ ਇੱਥੇ ਆਪਾਂ ਜ਼ਰੂਰ ਜਾਈਏ। ਤਾਂ ਪ੍ਰਧਾਨ ਜੀ ਕੀ ਤੁਸੀਂ ਕਹੋਗੇ? ਪਹਿਲਾਂ ਸਰ ਆਪਣਾ ਪਰਿਚੈ ਦੇ ਦਿਓ। ਜੈ ਸ਼੍ਰੀ ਰਾਮ, ਮੈਂ ਉਮੇਸ਼ ਕੁਮਾਰ, ਜ਼ਿਲ੍ਹਾ ਪ੍ਰਧਾਨ ਸ਼੍ਰੀ ਸੈਨਾਵਾਲ ਠਾਕਰੇ। ਮੈਂ ਆਫਿਸ 'ਚ ਬੈਠਾ ਸੀ ਅਤੇ ਮੈਨੂੰ ਫੋਨ ਆਇਆ ਬਾਂਸਲ ਜੀ ਦਾ, ਕਹਿੰਦਾ ਉਮੇਸ਼ ਕਿਵੇਂ ਬੈਠ ਕਿੱਥੇ ਹੈਗਾ? ਮੈਂ ਕਹਿੰਦਾ ਹੋਟਲ 'ਚ ਬੈਠਾ ਆਫਿਸ 'ਚ, ਅਤੇ ਕਹਿੰਦਾ ਆਪਾਂ ਬਾਬਾ ਜੀ ਦੇ ਦਰਸ਼ਨ ਕਰਨ ਚੱਲਣਾ ਹੈ ਸ਼ਾਮ ਮੰਦਰ ਦੇ ਵਿੱਚ। ਮੈਂ ਕਿਹਾ ਵੀ ਖਾਟੂ ਸ਼ਾਮ ਚੱਲਣਾ, ਕਹਿੰਦਾ ਖਾਟੂ ਸ਼ਾਮ ਤਾਂ ਨਹੀਂ ਜਾ ਸਕਦੇ ਪਰ ਹੁਣ ਆਪਾਂ ਫਾਜ਼ਿਲਕਾ ਧਾਮ ਜਿਹੜਾ ਸਾਡਾ ਖਾਟੂ ਸ਼ਾਮ ਹੈ ਸ਼ੀਤਲਾ ਮਾਤਾ ਮੰਦਰ 'ਚ ਉੱਥੇ ਚੱਲਣਾ, ਅਤੇ ਮੈਂ ਪੰਕਜ ਜੀ ਦੇ ਨਾਲ ਅਸੀਂ ਆਏ ਇੱਥੇ, ਅਤੇ ਇੱਥੇ ਦੇਖਿਆ ਤਾਂ ਵੀ ਪੂਰਾ
ਮੈਂ ਕਹਿੰਦਾ ਵੀ ਇਹਨੇ ਸ਼ਰਧਾਲੂ ਸੀ, ਇਸ ਕਹਿਣ ਦੀ ਗੱਲ ਨਹੀਂ, ਮੈਨੂੰ ਐਂ ਲੱਗ ਰਿਹਾ ਜਿਵੇਂ ਮੈਂ ਖਾਟੂ ਸ਼ਾਮ 'ਚ ਆਇਆ ਹੋਇਆ ਅਤੇ ਭਜਨ ਚੱਲ ਰਹੇ ਸੀ ਅਤੇ ਸਾਡੇ ਕੋਲ ਮਤਲਬ ਜਿਵੇਂ ਅਸੀਂ ਖੜ੍ਹੇ ਸੀ, ਖੜ੍ਹੇ ਖੜ੍ਹੇ ਸਾਡੇ ਕੋਲ ਤਾਂ ਰੁਕਿਆ ਨਹੀਂ ਗਿਆ, ਬਸੀ ਨਾ ਬਸੀ ਤਾਂ ਨੱਚਣ ਲੱਗ ਗਏ ਬਾਬੇ ਦੇ ਨਾਂ ਦੇ ਦਰ 'ਤੇ। ਅਤੇ ਵੀ ਇਹਨਾਂ ਕੋਲ ਮਨ ਪ੍ਰਸੰਨ ਹੋਇਆ ਵੀ ਸਾਨੂੰ ਇਹ ਤਾਂ ਮਹਿਸੂਸ ਨਹੀਂ ਸੀ ਵੀ ਅਸੀਂ ਫਾਜ਼ਿਲਕਾ ਆ ਕੇ ਖਾਟੂ ਸ਼ਾਮ ਆ, ਬਹੁਤ ਮਜ਼ਾ ਆਇਆ, ਆਨੰਦ ਆਇਆ, ਪੂਰੇ ਸ਼ਰਧਾਲੂਆਂ ਨੇ ਆਨੰਦ ਲਿਆ। ਅਤੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਪ੍ਰਭੂ ਦੇ ਲੜ ਲੱਗੋ, ਸ਼ਿਆਮ ਬਾਬਾ ਕਲਯੁੱਗ ਦੇ ਅਵਤਾਰ ਨੇ, ਇਹ ਕਲਯੁੱਗ ਦੇ ਰਾਜਾ ਨੇ ਅਤੇ ਇਹ ਅੰਧੇਰੇ ਨੂੰ ਦੂਰ ਕਰਦੇ ਨੇ। ਮੈਂ ਵੀ ਦੱਸ ਦੇਵਾਂ ਵੀ ਉਹ ਜਿਹੜਾ ਪੰਕਜ ਆ ਉਹ ਮੈਂ ਹੀ ਹਾਂ, ਜਿਹੜਾ ਉਮੇਸ਼ ਜੀ ਮੈਨੂੰ ਨਾਲ ਲੈ ਕੇ ਆਏ ਨੇ ਤਾਂ ਅਸੀਂ ਉੱਥੋਂ ਦਫ਼ਤਰ ਦੇ ਵਿੱਚ ਬੈਠੇ ਸੀ ਤਾਂ ਮੈਨੂੰ ਵੀ ਅੱਜ ਜਿਹੜਾ ਮੈਂ ਫਸਟ ਟਾਈਮ ਮੈਂ ਇਸ ਮੰਦਿਰ ਦੇ ਵਿੱਚ ਪਹੁੰਚਿਆ ਤਾਂ ਮੈਨੂੰ ਬੜਾ ਅੱਛਾ ਲੱਗਿਆ। ਐਵੇਂ ਲੱਗ ਰਿਹਾ ਸੀ ਸੇਮ ਜਿਵੇਂ ਖਾਟੂ ਸ਼ਾਮ ਦੇ ਵਿੱਚ ਮਾਹੌਲ ਹੁੰਦਾ ਪੂਰਾ, ਉਵੇਂ ਲੱਗ ਰਿਹਾ ਸੀ ਅਤੇ ਮੈਨੂੰ ਐਵੇਂ ਲੱਗ ਰਿਹਾ ਸੀ ਮੈਂ ਖਾਟੂ ਸ਼ਾਮ ਪਹੁੰਚ ਗਿਆ। ਤਾਂ ਜਿਹੜੇ ਲੋਕ ਇਹ ਮਿਸ ਕਰਕੇ ਤਾਂ ਮੈਂ ਉਹਨਾਂ ਨੂੰ ਅੱਗੇ ਤੋਂ ਇਹ ਰਿਕੁਐਸਟ ਜ਼ਰੂਰ ਕਰਾਂਗਾ ਕਿ ਜਿਹੜਾ ਸ਼ੀਤਲਾ ਮੰਦਿਰ ਦੇ ਵਿੱਚ ਇੱਥੇ ਇੱਕ ਖਾਟੂ ਧਾਮ ਜਿਹੜਾ ਬਣਿਆ ਤਾਂ ਉੱਥੇ ਆ ਕੇ ਜਿਹੜਾ ਆਪਣਾ ਆਸ਼ੀਰਵਾਦ ਲੈ ਕੇ ਬਾਬਾ ਜੀ ਦਾ ਆਪਣਾ ਜੀਵਨ ਸਫਲ ਕਰੋ। ਤਾਂ ਸਾਡੇ ਨਾਲ ਸਾਡੇ ਲੱਕੀ ਪਟੇਲਾ ਜੀ ਵੀ ਪਹੁੰਚੇ ਹੋਏ ਆ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਵਾਵਾਂਗੇ। ਇਹ ਥੋੜ੍ਹਾ ਜਿਹਾ ਜ਼ਿਆਦਾ ਸ਼ਰਮਾਲ ਲੱਗ ਗਏ ਨੇ ਅਤੇ ਸਾਹਮਣੇ ਨਹੀਂ ਆ ਰਹੇ। ਅਤੇ ਪ੍ਰਧਾਨ ਜੀ ਇੱਕ ਇਸ ਮੌਕੇ ਦਾ ਇੱਕ ਭਜਨ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਓ, ਚਲ ਸਾਡੇ ਦਰਸ਼ਕਾਂ ਚੜੇ ਆਓ ਤੁਹਾਡੇ ਬਾਅਦ। ਮੈਨੂੰ ਭਜਨ ਤਾਂ ਨਹੀਂ ਆਉਂਦਾ, ਬਸ ਇੰਨਾ ਹੀ ਆਉਂਦਾ ਵੀ ਹਰੇ ਕਾ ਸਹਾਰਾ ਬਾਬਾ ਸ਼ਾਮ ਹਮਾਰਾ, ਜੈ ਸ਼੍ਰੀ ਸ਼ਾਮ, ਜੈ ਸ਼੍ਰੀ ਬਾਲਾ, ਜੈ ਸ਼੍ਰੀ ਰਾਮ। ਨਹੀਂ ਤੁਸੀਂ ਕੁਝ ਗੁਣ ਗੁਣ ਗੁਣਾਉਂਦੇ ਰਹਿੰਦੇ ਹੋ ਭਜਨ, ਉਹ ਵਾਲਾ ਭਜਨ ਸੁਣਾਓ। ਨਹੀਂ ਸੁਣਾਓ ਸੁਣਾਓ ਇੱਕ ਆਉਂਦਾ ਹੀ ਨਹੀਂ ਪ੍ਰਧਾਨ ਜੀ, ਚਲੋ ਇੱਕ ਆਉਂਦਾ ਹੀ ਨਹੀਂ, ਚਲੋ ਸੁਣਾਓ। ਤੂੰ ਕਿਰਪਾ ਕਰ ਬਾਬਾ, ਤੂੰ ਕਿਰਪਾ ਕਰ ਬਾਬਾ, ਕੀਰਤਨ ਕਰਵਾਉਂਗਾ, ਕੀਰਤਨ ਕਰਾਂ ਐਸਾ ਇਤਿਹਾਸ ਬਣਾ ਦੂੰਗਾ, ਤੂੰ ਕਿਰਪਾ ਕਰ ਬਾਬਾ, ਜੈ ਸ਼੍ਰੀ ਸ਼ਾਮ। ਬਿਲਕੁਲ ਜੀ, ਬਹੁਤ ਵਧੀਆ ਜਿਹੜਾ ਇਹਨਾਂ ਨੇ ਭਜਨ ਸੁਣਾਇਆ। ਤਾਂ ਪੰਕਜ ਜੀ ਤੋਂ ਇੱਕ ਭਜਨ ਵੀ ਸੁਣਾਗੇ। ਪੰਕਜ ਜੀ ਤੁਸੀਂ ਕਿਹੜਾ ਭਜਨ ਸੁਣਾਓਗੇ? ਮੈਂ ਤਾਂ ਬਸ ਅਜੇ ਤੱਕ ਦਾ ਹੀ ਗਾਣਾ ਜੀ, ਸਾਰਿਆਂ ਨੂੰ ਉਤਾਰਿਆ ਬਾਬਾ ਸਾਨੂੰ ਵੀ ਉਤਾਰ, ਇਸ ਕੀ ਵਾਰੀ ਮੇਰੀ ਹੈ, ਪਿਛਲੇ ਸਾਲ ਕਹਿੰਦੇ ਤਾਰੇ, ਇਸ ਕੇ ਨੰਬਰ ਮੇਰਾ ਹੈ। ਚਲੋ ਜੀ, ਪਿਛਲੇ ਸਾਲ ਕਹਿੰਦੇ ਤਾਰੇ, ਇਸ ਕੇ ਨੰਬਰ ਮੇਰਾ ਹੈ। ਤਾਂ ਬਾਬਾ ਇਹਨਾਂ ਦੀ ਪੁਕਾਰ ਜ਼ਰੂਰ ਸੁਣੇ ਤੇ ਨੰਬਰ ਜਿਹੜਾ ਇਹਨਾਂ ਦਾ ਜ਼ਰੂਰ ਲਵਾਵੇ। ਇਸੇ ਉਮੀਦ ਦੇ ਨਾਲ ਸਾਰਿਆਂ ਨੂੰ ਜੈ ਸ਼੍ਰੀ ਸ਼ਾਮ। ਪਵਨ ਪਰ ਰੰਗ ਮਰ ਸੇ, ਰੰਗ ਮਰ ਸੇ, ਰੰਗ ਮਰ।
ਨਾਮ ਰਜੇਸ਼ ਸ਼ਰਮਾ ਜੀ। ਅਬੋਹਰ ਸੇ ਜੀ। ਆਜ ਫਾਗਣ ਕੇ ਮਹੋਤਸਵ ਪੇ ਫਾਜ਼ਿਲਕਾ ਕੇ ਸ਼ੀਤਲਾ ਮਾਤਾ ਮੰਦਿਰ ਮੇ ਬਾਬਾ ਸ਼ਾਮ ਕੇ ਦਰਬਾਰ ਮੇ ਮੁਝੇ ਆਜ ਸੇ ਦੋ ਮਹੀਨੇ ਪਹਿਲੇ ਬਾਬਾ ਸ਼ਾਮ ਕਾ ਗੁਣਗਾਨ ਕਾ ਨਿਮੰਤਰਨ ਮੰਦਿਰ ਕਮੇਟੀ ਕੀ ਤਰਫ ਸੇ ਸੰਦੀਪ ਜੀ ਨੇ ਫੋਨ ਕਰਕੇ ਕੀਆ ਸੰਦੀਪ ਜੀ, ਔਰ ਇਸਕੋ ਮੈਂ ਆਪਣਾ ਭਾਗਯ ਹੀ ਸਮਝਤਾ ਹੂੰ ਕਿ ਬਾਬਾ ਕੇ ਗੁਣਗਾਨ ਕੇ ਲਈ ਮੈਂ ਯਹਾਂ ਆਇਆ, ਔਰ ਯਹਾਂ ਆ ਕੇ ਮੇਰੇ ਕੋ ਐਸਾ ਲਗਾ ਜੈਸੇ ਮੈਂ ਖਾਟੂ ਧਾਮ ਕੇ ਕਿਸੀ ਧਰਮਸ਼ਾਲਾ ਮੇ ਬਾਬਾ ਕਾ ਗੁਣਗਾਨ ਕਰ ਰਹਾ ਹੂੰ, ਔਰ ਯਹਾਂ ਬਾਬਾ ਕੇ ਸ਼ਾਮ ਪ੍ਰੇਮੀ ਇਤਨੇ ਅੱਛੇ ਥੇ ਔਰ ਪੂਰਾ ਕੀਰਤਨ ਆਨੰਦਮੈ ਤਰੀਕੇ ਸੇ ਬੈਠ ਕਰ ਭਰਪੂਰ ਕਿਰਪਾ ਸੇ ਚਲਾ ਬਾਬਾ ਕੀ, ਔਰ ਮੁਝਕੋ ਖੁਦ ਕੋ ਬੜਾ ਆਨੰਦ ਆਇਆ, ਔਰ ਬਾਬਾ ਸ਼ਾਮ ਹਮ ਸਭੀ ਪਰ ਇਸੀ ਤਰ੍ਹਾਂ ਕਿਰਪਾ ਬਣਾਏ ਰੱਖੇ। ਤੋ ਜੈ ਸ਼੍ਰੀ ਸ਼ਾਮ, ਜੈ ਸ਼੍ਰੀ ਬਾਲਾ ਜੀ। ਬਹੁਤ ਅੱਛਾ ਲਗਾ ਯਹਾਂ ਪੇ ਆਕੇ, ਐਸੇ ਸਭ ਬਾਰ ਬਾਰ ਹੋਣੀ ਚਾਹੀਏ ਯਹਾਂ ਪੇ ਜ਼ਰੂਰ, ਐਸੇ ਕੀਰਤਨ ਹਰ 15 ਦਿਨ 20 ਦਿਨ ਮੇ ਹੋਣੇ ਚਾਹੀਏ ਯਹਾਂ ਪੇ ਜ਼ਰੂਰ। ਮੋਨਿਕਾ ਸ਼ਰਮਾ। ਸੁਰਿੰਦਰ, ਕੀ ਕਹਿਣਾ ਚਾਹੋਗੇ ਅੱਜ ਦੇ ਕੀਰਤਨ ਦੇ ਵਿੱਚ? ਬਹੁਤ ਆਨੰਦ ਆਇਆ ਜੀ, ਬਹੁਤ ਅੱਛਾ ਲੱਗਿਆ। ਤਕਰੀਬਨ ਹੋਣਾ ਚਾਹੀਏ ਤਾਂਕਿ ਹਰ ਵਾਰ ਆਤੇ ਤੋਂ ਰਹੇ ਨਾ, ਐਸੇ ਹੈ ਨਾ ਪ੍ਰੋਗਰਾਮ ਤੋਂ ਕਾਫੀ ਅੱਛਾ ਰਹਾ। ਹਾਂਜੀ, ਮੇਰਾ ਨਾਮ ਮੰਜੂ ਗੁਪਤਾ। ਬਹੁਤ ਆਨੰਦ ਆਇਆ, ਫਾਗੁਨ ਮਹੋਤਸਵ ਮਨਾਇਆ ਗਿਆ, ਬਹੁਤ ਜ਼ਿਆਦਾ ਆਨੰਦ ਆਇਆ ਹਮੇ ਯਹਾਂ ਪੇ। ਖੂਬ ਧੂਮ ਧੜਾਕੇ ਸੇ ਮੰਦਿਰ ਮੇ ਆਓ, ਆਨੰਦ ਲੋ ਬਾਬਾ ਸ਼ਾਮ ਕੇ ਭਜਨੋ ਕਾ। ਉਨਕੋ ਕਹੇਂਗੇ ਜਾਗੋ ਔਰ ਆਓ ਮੰਦਿਰ ਮੇ। ਸੁਰਿੰਦਰ ਚੌਹਾਨ, ਕਿਆ ਕਹਿਣਾ ਚਾਹੋਗੇ ਅੱਜ ਦੇ ਕੀਰਤਨ ਕੇ ਬਾਰੇ? ਬਹੁਤ ਆਨੰਦ ਆਇਆ, ਜੈ ਸ਼੍ਰੀ ਸ਼ਾਮ, ਜੈ ਸ਼੍ਰੀ ਸ਼ਾਮ ਜੀ, ਜੈ ਸ਼੍ਰੀ ਸ਼ਾਮ ਜੀ, ਜੈ ਸ਼੍ਰੀ ਸ਼ਾਮ। ਮੇਰਾ ਨਾਮ ਪਵਨ ਸੈਨ ਸਰ ਜੀ। ਕੀ ਕਹਿਣਾ ਚਾਹੋਗੇ ਅੱਜ ਦੇ ਕੀਰਤਨ ਦੇ ਵਿੱਚ ਸ਼ਾਮਿਲ ਹੋਏ? ਆਜ ਕੇ ਕੀਰਤਨ ਬਹੁਤ ਆਨੰਦ ਮਿਲਾ, ਇਹ ਫਾਗਣ ਉਤਸਵ ਕਾ 11 ਕੇ ਦਿਨ ਕੀਰਤਨ ਹੋਤਾ ਹੈ, ਇਹ ਸ਼ਾਮ ਬਾਬਾ ਕੇ ਉੱਪਰ ਕਿਰਪਾ ਹੈ ਸਭੀ ਭਕਤੋ ਸੇ, ਇਹ ਮੇਰਾ ਅਭੀ ਆਪ ਮੰਦਿਰ ਮੇ ਆਣਾ ਜ਼ਰੂਰ ਆਇਆ ਕਰੋ ਸਨਾਤਨ ਧਰਮ ਕੇ ਲੀਏ, ਇਸ ਲਈ ਜੈ ਸ਼੍ਰੀ ਸ਼ਾਮ ਸਾਹਿਬ। ਜੋ ਯੰਗ ਬੱਚੇ ਉਨਕੋ ਕਿਆ ਕਹਿਣਾ ਚਾਹੋਗੇ? ਯੰਗ ਬੱਚੇ ਕੋ ਕਹਤੇ ਨਸ਼ੇ ਸੇ ਦੂਰ ਰਹੋ, ਭਗਵਾਨ ਕੇ ਸ਼ਰਨ ਮੇ ਰਹੋ, ਪ੍ਰਭੂ ਕਾ ਨਸ਼ਾ ਕਰੋ। ਹਾਂ, ਪ੍ਰਭੂ ਕਾ ਨਸ਼ਾ ਕਰੋ, ਭਗਵਾਨ ਕਾ ਨਸ਼ਾ ਕਰੋ, ਅਟਲ ਨਸ਼ਾ ਭਗਵਾਨ ਕਾ, ਬਾਕੀ ਨਸ਼ੇ ਸਭ ਵਿਅਸਤ ਹੈ। ਮੇਰਾ ਨਾਮ ਰੁਪੇਸ਼ ਗੁਪਤਾ ਹੈ ਜੀ। ਆਪ ਸਭੀ ਕੋ ਫਾਗੁਨ ਮਹੋਤਸਵ ਪੇ, ਸ਼ਾਮ ਬਾਬਾ ਕੇ ਮਹੋਤਸਵ ਪੇ ਬਹੁਤ ਬਹੁਤ ਵਧਾਈ ਹੋ ਜੀ। ਔਰ ਹਮਾਰੇ ਯਹਾਂ ਫਾਜ਼ਿਲਕਾ ਮੇ ਸ਼ਾਮ ਬਾਬਾ ਕਾ ਸ਼ੀਸ਼ ਜ਼ਮੀਨ ਸੇ ਨਿਕਲਾ ਹੋਇਆ ਹੈ, ਔਰ ਹਮ ਸਭ ਆਪਸੇ ਪ੍ਰਾਰਥਨਾ ਕਰਤੇ ਹੈ ਕਿ ਆਪ ਯਹਾਂ ਪੇ ਆ ਕੇ ਦਰਸ਼ਨ ਜ਼ਰੂਰ ਕਰੇ ਔਰ ਆਪਣੇ ਜੀਵਨ ਕੋ ਸੌਭਾਗਿਆਸ਼ਾਲੀ ਬਣਾਏ। ਆਜ ਕੀਰਤਨ ਮੇ ਕੌਣ ਕੌਣ ਆਏ? ਆਜ ਕੀਰਤਨ ਮੇ ਸ਼ਹਿਰ ਕੇ ਸਭੀ ਲੋਕ ਆਏ ਥੇ ਜੀ, ਸਭੀ ਕੇ ਪਾਸ ਨਿਮੰਤਰਣ ਥਾ। ਵਿਸ਼ੇਸ਼ ਤੌਰ ਪੇ ਅਬੋਹਰ ਸੇ ਹਮਾਰੇ ਰਜੇਸ਼ ਸ਼ਰਮਾ ਜੀ ਆਏ ਥੇ ਜੀ, ਜਿਨ੍ਹਾਂ ਕੀਰਤਨ ਮੇ ਬਹੁਤ ਆਨੰਦ ਲਗਾਇਆ, ਖੂਬ ਮਜ਼ਾ ਆਇਆ, ਸਭ ਲੋਕ ਸਭ ਸ਼ਰਧਾਲੂ ਨੇ ਖੂਬ ਕੀਰਤਨ ਕਾ ਆਨੰਦ ਲਿਆ ਜੀ। ਕਿਆ ਕਹਿਣਾ ਚਾਹੋਗੇ ਉਨ ਫਾਜ਼ਿਲਕਾ ਵਾਸੀਆਂ ਕੋ ਜੋ ਇਸ ਕੀਰਤਨ ਕਾ ਆਨੰਦ ਨਹੀਂ ਲੈ ਪਾਏ? ਹਮ ਫਾਜ਼ਿਲਕਾ ਵਾਸੀਆਂ ਸੇ ਯਹੀ ਅਪੀਲ ਕਰਤੇ ਹੈ ਕਿ ਬੜ ਚੜ ਕਰ ਸ਼ਾਮ ਬਾਬਾ ਕੇ ਕੀਰਤਨ ਮੇ ਹਿੱਸਾ ਲੇ ਔਰ ਬਾਬਾ ਕੇ ਭਜਨੋ ਸੇ ਆਪਣੇ ਜੀਵਨ ਕੋ ਬਾਬਾ ਕੇ ਜੀਵਨ ਸੇ ਆਪਣੇ ਬਾਬਾ ਕੇ ਭਜਨੋ ਸੇ ਆਪਣੇ ਜੀਵਨ ਕੋ ਸਫਲ ਬਣਾਏ। ਕੌਨ ਸੀ ਜਗ੍ਹਾ ਪੇ? ਇਹ ਮੰਦਿਰ ਆਪਣਾ ਸ਼ੀਤਲਾ ਮੰਦਿਰ ਹੈ, ਫਾਜ਼ਿਲਕਾ ਕਾ ਬਹੁਤ ਹੀ ਫੇਮਸ ਮੰਦਿਰ ਹੈ, ਸ਼ੀਤਲਾ ਮੰਦਿਰ ਫਾਜ਼ਿਲਕਾ ਜੀ। ਜੀ ਮੈਮ, ਕੀ ਨਾਮ ਹੈ ਆਪਕਾ? ਅਨੂ ਗੋਇਲ। ਅੱਜ ਕੀਰਤਨ ਮੇ ਆਏ ਹੋ, ਕੈਸਾ ਲਗਾ? ਬਹੁਤ ਅੱਛਾ ਲਗਾ, ਹਮ ਹਰ ਸਾਲ ਆਤੇ ਹੈ। ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਕੋ? ਐਸੇ ਛੋਟੇ ਛੋਟੇ ਕਾਰਜਕ੍ਰਮ ਹੋਤੇ ਰਹਿਣਾ ਚਾਹੀਏ, ਔਰ ਵੈਸੇ ਵੀ ਅਬ
अगर देखा जाए तो इस टाइम सनातन धर्म की बहुत ज़्यादा प्रचार हो रहा है और लोग जाग भी रहे अपने धर्म के प्रति। पहले लोगों में इतनी जागरूकता नहीं थी जो इतनी जागरूकता अब आई है, और उसके लिए मैं सभी का तहे दिल से धन्यवाद करना चाहूंगी कि जितने लोग ये कोशिश कर रहे हैं धर्म को जगाने की या जाग रहे हैं, तो मैं कहूंगी और ज्यादा बच्चे जागे इसके, सिर्फ पेरेंट्स ही नहीं बच्चे भी इसके प्रति जागे। उनको क्या कहना चाहोगे जो लोग घर पे आराम से सो रहे हैं? उनको यही कहना चाहूंगी, सोना तो सारे साल ही है, एक दिन अगर यहाँ आके देखते तो उन्हें ज्यादा अच्छा लगता, लेकिन बाकी मैं इसके लिए ज्यादा कुछ नहीं कहना चाहूंगी क्योंकि मेरे खुद के हस्बैंड घर पे ही सो रहे हैं। मेरा नाम संदीप कुमार शर्मा, ਜਿਸਦਾ ਪ੍ਰੋਗਰਾਮ ਫਾਗਣ ਦੀ ਗਿਆਰਸ ਸੀ ਬਾਬੇ ਦੇ ਉਤਸਵ ਵਾਸਤੇ ਸੀ। ਕਮੇਟੀ ਨੇ ਸ਼ੀਤਲਾ ਮੰਦਰ ਸ਼ਾਮ ਪ੍ਰਚਾਰ ਮੰਡਲ ਸ਼੍ਰੀ ਸੇਵਾ ਸਮਿਤੀ ਰਜਿਸਟਰ ਦੇ ਵੱਲੋਂ ਇਹ ਸਾਰਿਆਂ ਨੇ ਇਕੱਠੇ ਇਕੱਤਰਿਤ ਹੋਣ ਵਾਸਤੇ ਬਾਬੇ ਦਾ ਉਤਸਵ ਮਨਾਉਣ ਵਾਸਤੇ, ਹੋਲੀ ਉਤਸਵ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਵੀ ਫਾਗਣ ਦਾ ਮੇਲਾ ਖਾਟੂ ਲੱਗਦਾ, ਉਸ ਤਰ੍ਹਾਂ ਹੀ ਫਾਜ਼ਿਲਕਾ 'ਚ ਬਾਬੇ ਦੀ ਕਿਰਪਾ, ਕਿਉਂਕਿ ਦੇਖੋ ਬਾਬਾ ਤਾਂ ਸਾਰੀ ਜਗ੍ਹਾ, ਇੱਥੇ ਵੀ ਬਾਬੇ ਦਾ ਸਰੂਪ ਹੋਈ ਹੈ, ਉੱਥੇ ਵੀ ਹੋਈ ਹੈ, ਭਗਵਾਨ ਹੈ ਭਾਵ ਕਾ ਭੁੱਖਾ। तो हमें तो वो खाटू वाला नजारा यहाँ पे भी आता है, वहाँ चले जाए वहाँ भी आता है, हम तो इसी में राजी हैं। बाबा अपने लट लगाई रखे, बस इसी में। श्रद्धालुओं का तो सदा ही फाजिल का श्रद्धालु तो सबसे आगे हैं, हर एक काम में, चाहे राम जन्मभूमि हो, चाहे श्याम जन्मभूमि हो, चाहे कृष्ण जन्मभूमि होगी, चाहे फाजिल का, ये तो अंधे कृपा है फाजिल का अपनी। मेरा नाम सुरेश कुमार जी, आज मंदिर में फागुन मेला उत्सव है और बड़े ही श्रद्धा भाव से सब भक्तों ने मिलकर बड़े ही अच्छे ढंग से मनाया है और आगे भी बाबा की कृपा बनी रहे यही चाहते हैं। और बड़े ही फाजिलका शहर वासियों का बहुत ही सहयोग मिला है, इसके लिए हम बहुत बहुत आभारी और बहुत बहुत धन्यवाद करते हैं। अत्यंत खुशी, अब और से स्पेशल आए हैं श्याम बाबा के यहाँ कीर्तन में हाजिरी लगा रहे हैं, अब और भी जाएंगे श्याम बाबा कीर्तन में। बस कलयुग के अवतार बाबा श्याम, हर बेड़ा पार करने वाले बाबा श्याम, सब आए हाजिरी लगाए, बाबा श्याम की जय जयकार करें। जय श्री श्याम, जय श्री श्याम, जय श्री श्याम। का ध्यान दी परमात्मा ने, बाबे ने बनाया ਤੇ ਬੜੀ ਖੁਸ਼ੀ ਗੱਲ ਹੈ, ਵੇਖ ਕੇ ਬੜਾ ਮਨ ਪ੍ਰਸੰਨ ਹੋਇਆ। ਲੋਕ ਇੱਥੇ ਬਾਬੇ ਸਾਹਿਬ ਦੇ ਬੜੇ ਪ੍ਰੇਮੀ ਨੇ ਤੇ ਬੜੀ ਅੱਛਾ ਸ਼ਬਦ ਰੱਖਦੇ ਨੇ, ਅਸੀਂ ਪਰਮਾਤਮਾ ਦੁਆ ਕਰਦੇ ਹਾਂ ਵੀ ਐਵੇਂ ਲੱਗੇ ਰਹੋ ਤੇ ਬਾਬਾ ਸ਼ਿਵਾ ਬਾਬਾ ਕਰਦੇ ਰਹੋ। ਫਾਗੁਨ ਦਾ ਮਹੀਨਾ ਚੱਲ ਰਿਹਾ ਤੇ ਅੱਜ ਪੱਟੀ ਇਕਾਦਸ਼ੀ ਵੀ ਹੈ, ਇਹਨੂੰ ਲੈ ਕੇ ਕੀ ਸੰਦੇਸ਼ ਦੇਣਾ ਚਾਹੋਗੇ? ਅੱਜ ਜਨਮ ਦਿਨ ਦੇ ਬਹੁਤ ਵੱਡਾ ਦਿਨ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਵਧਾਈ ਦਿੰਦੇ ਹਾਂ, ਦੇਸ਼ ਵਾਸੀਆਂ ਨੂੰ, ਸ਼ਹਿਰ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਜਿਹੜੀ ਟੀਮ ਮੇਰੀ ਨਰਸ ਸੇਵਾ ਨਰਾਇਣ ਸੇਵਾ ਉਹਦੇ ਵੱਲੋਂ ਲੋਕਾਂ ਦੀ ਤੁਹਾਡਾ ਆਸ਼ੀਰਵਾਦ ਬਣਿਆ ਰਹੇ, ਅਸੀਂ ਸੇਵਾ ਕਰਦੇ ਰਹੇ।